ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਰੂਪਨਗਰ ਡਿਪਟੀ ਕਮਿਸ਼ਨਰ ਤੇ ਰੂਪਨਗਰ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸਿਦੋਆ ਨੇ ਬੜੇ ਹੀ ਸੰਗੀਨ ਦੋਸ਼ ਲਗਾਉਂਦੇ ਹੋਏ ਡੀਸੀ ਦੀ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਰੂਪਨਗਰ ਤੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸਿਦੋਆ ਨੇ ਪੱਤਰਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿੱਚ ਡਿਪਟੀ ਕਮਿਸ਼ਨਰ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਧੰਦੇ ਤੇ ਵੱਡੇ ਪੱਧਰ ਤੇ ਕਰਪਸ਼ਨ ਹੋ ਰਹੀ ਹੈ ਅਤੇ ਡੀਸੀ ਨੂੰ ਪੈਸੇ ਵੀ ਆ ਰਹੇ ਹਨ। ਇਹ ਪਹਿਲੀ ਵਾਰ ਹੈ ਕਿ ਕਿਸੇ ਹਲਕਾ ਵਿਧਾਇਕ ਵੱਲੋਂ ਡਿਪਟੀ ਕਮਿਸ਼ਨਰ ਤੇ ਇਸ ਤਰ੍ਹਾਂ ਪ੍ਰੈਸ ਕਾਨਫਰੰਸ ਕਰਕੇ ਸੰਗੀਨ ਦੋਸ਼ ਲਗਾਏ ਹਨ। ਜਿਹੜੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਨੀਤ ਦੇਵ ਜੀ ਹੈ, ਸਾਡੇ ਜ਼ਿਲ੍ਹੇ ਵਿੱਚ ਬਹੁਤ ਵੱਡੀ ਕਰਪਸ਼ਨ ਹੋ ਰਹੀ ਹੈ। ਦੇ ਮੁੱਦੇ ਤੇ ਲਾ ਲਈਏ, ਚਾਹੇ ਇੱਥੇ ਪਾਰਕਿੰਗ ਦੇ ਮੁੱਦੇ ਤੇ ਲਾ ਲਈਏ, ਸਾਡੀ ਪਾਰਟੀ ਨੇ ਪ੍ਰਧਾਨ ਜੀ ਨੇ ਉਹਨਾਂ ਨੂੰ ਮਨੋਰੰਜਨ ਦਿੱਤਾ ਸੀ ਕਿ ਇੱਥੇ ਨਜਾਇਜ਼ ਪਾਰਕਿੰਗ, ਉਹ ਪੈਸਾ ਕਿੱਥੇ ਜਾ ਰਿਹਾ। 18 ਦਿਨ ਸਾਨੂੰ ਉਹਨਾਂ ਨੂੰ ਮੰਗ ਪੱਤਰ ਦਿੱਤੇ ਹੋ ਗਿਆ, ਕੋਈ ਜਵਾਬ ਨਹੀਂ ਆਇਆ ਡੀਸੀ ਸਾਹਿਬ ਦਾ। ਹੁਣ ਜਦੋਂ ਮੈਂ ਡੀਸੀ ਸਾਹਿਬ ਨੂੰ ਪੁੱਛਿਆ ਹੈ, ਉਹਨਾਂ ਨੇ ਸਾਨੂੰ ਉਲਟਾ ਜਵਾਬ ਦਿੱਤਾ, ਕਹਿੰਦੇ ਮੈਨੂੰ ਕੋਈ ਚੀਜ਼ ਬਾਰੇ ਪਤਾ ਨਹੀਂ ਹੈਗਾ। ਇਹ ਸਾਰੀ ਦੀ ਸਾਰੀ ਡੀਸੀ ਸਾਹਿਬ ਦੀ ਮਿਲੀ ਭੁਗਤ ਨਾਲ ਇਹ ਪਾਰਕਿੰਗ ਲੱਗ ਰਹੀ ਹੈ, ਪੈਸੇ ਵੀ ਉਹਨਾਂ ਦੇ ਕੋਲ ਜਾ ਰਹੇ ਹੈ। ਸਾਡਾ ਕੰਮ ਹੈ ਲੋਕਾਂ ਵਿੱਚ ਸੱਚਾਈ ਲਿਆਉਣਾ ਕਿ ਸੱਚੇ ਬੰਦੇ ਸੱਚ ਕੰਮ ਕਿੱਥੇ ਕਰਨਾ, ਕਿਆ ਸੱਚਾਈ ਹੈ ਸਾਡੇ ਇਸ ਰੋਪੜ ਵਿੱਚ ਚੱਲ ਰਹੀ ਹੈ। ਜੇ ਕਿਤੇ ਮੈਨੂੰ ਦੀ ਗੱਲ ਵੀ ਹੁੰਦੀ ਸੀ, ਮੈਂ ਰਾਤ ਨੂੰ ਡੀਸੀ ਸਾਹਿਬ ਨੂੰ 8 ਵਜੇ ਵੀ ਫੋਨ ਕਰਨਾ, 9 ਵਜੇ ਇੱਕ ਵਾਰ ਮੇਰਾ ਫੋਨ ਸੁਣ ਕੇ ਫੋਨ ਕੱਟ ਦਿੰਦੀ ਸੀ ਹਰ ਵਾਰ ਡੀਸੀ ਸਾਹਿਬ। ਦਰਅਸਲ ਮਾਮਲਾ ਇੱਥੋਂ ਵਿਗੜਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਪ੍ਰਸ਼ਾਸਨ ਵੱਲੋਂ ਪਾਰਕਿੰਗ ਦਾ ਠੇਕਾ ਸਿਰਫ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਹੈ, ਪਰੰਤੂ ਠੇਕੇਦਾਰ ਸੜਕ ਕਿਨਾਰੇ ਅਣਅਧਿਕਾਰਿਤ ਪਾਰਕਿੰਗ ਕਰਵਾ ਕੇ ਆਮ ਲੋਕਾਂ ਦੀ ਲੁੱਟ ਕਰਕੇ ਰੋਜ਼ਾਨਾ 10,000 ਰੁਪਏ ਇਕੱਠੇ ਕਰ ਰਿਹਾ ਹੈ। ਪਰੰਤੂ ਇਸ ਸ਼ਿਕਾਇਤ ਤੇ ਕਾਰਵਾਈ ਕਰਨ ਦੀ ਬਜਾਏ ਪ੍ਰਸ਼ਾਸਨ ਠੇਕੇਦਾਰ ਨੂੰ ਬਚਾਉਣ ਲੱਗ ਪਿਆ, ਜਿਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਨੂੰ ਡੀਸੀ ਦੇ ਖਿਲਾਫ ਸੰਗੀਨ ਦੋਸ਼ ਲਾਏ ਹਨ। ਜਿਹੜਾ ਨੂਰਕਬੇਦੀ ਰੋਡ ਹੈ, ਉੱਥੇ 144 ਲਵਾਈ ਹੈ, ਕਿੱਥੋਂ ਓਵਰਲੋਡ ਟਰੱਕ ਨਹੀਂ ਲੰਘ ਸਕਦੇ। ਮੈਂ ਡੀਸੀ ਸਾਹਿਬ ਨੂੰ 3 ਵਾਰ ਉਹਦੇ ਬਾਰੇ ਮਿਲਿਆ ਕਿ ਡੀਸੀ ਸਾਹਿਬ ਉਹ ਟਰੱਕ ਬੰਦ ਕਰੋ, ਉੱਥੇ ਟਰੱਕ ਲੰਘਦੇ, ਜਦੋਂ ਨਹੀਂ ਬੰਦ ਕਰੇ, ਜਦੋਂ ਫਿਰ ਮੈਂ ਡੀਸੀ ਸਾਹਿਬ ਨੂੰ ਕਿਹਾ ਕਿ ਮੈਂ ਇੱਥੇ ਧਰਨਾ ਮਾਰ ਕੇ ਬੈਠਣ ਲੱਗਿਆ, ਤਾਂ ਟਰੱਕ ਮੇਰੇ ਆਪ ਬੈਠਣ ਨਾਲ ਪ੍ਰਸ਼ਾਸਨ ਹਲਚਲ ਵਿੱਚ ਆਇਆ। ਮੈਂ ਸਾਰਾ ਕੁਛ ਵੀ ਜਿੰਨਾ ਵੀ ਇੱਥੇ ਨਜਾਇਜ਼ ਮਾਈਨਿੰਗ, ਨਜਾਇਜ਼ ਧੰਦਾ ਚੱਲਦਾ ਹੈ, ਚਾਹੋ ਲੈਟਰੀ ਦਾ ਧੰਦਾ ਚੱਲਦਾ, ਚਾਹੋ ਜੂਏ ਧੰਦਾ ਚੱਲਦਾ, ਸਾਰਾ ਡੀਸੀ ਦਾ ਲੈਣ ਦੇਣਾ, ਇਹਦੇ ਵਿੱਚ ਡੀਸੀ ਦਾ ਹਿੱਸੇਦਾਰ ਭਾਗੀਦਾਰ ਵੀ ਸੀ। ਡੀਸੀ ਦੀ ਗਵਾਹੀ ਵਿੱਚ ਸਾਰਾ ਕੁਛ ਹੁੰਦਾ ਹੈ। ਜਦੋਂ ਅਸੀਂ ਡੀਸੀ ਨੂੰ ਕੋਈ ਦੱਸਣਾ ਚਾਹੁੰਦੇ, ਕਦੇ ਵੀ ਕੋਈ ਸੁਣਦਾ ਨਹੀਂ। ਜੇ ਲੋਕ ਭਲਾਈ ਦੇ ਕੰਮਾਂ ਵੱਲ ਵੀ ਚੱਲੀਏ ਕਿ ਡੀਸੀ ਸਾਹਿਬ ਲੋਕਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ, ਕੈਂਪ ਲਾ ਲਓ ਜਾ ਕੇ, ਤਾਂ ਮੈਨੂੰ ਕੈਂਪ ਬਾਰੇ ਮੈਂ 6 ਵਾਰ ਡੀਸੀ ਸਾਹਿਬ ਨਾਲ ਮੀਟਿੰਗ ਕਰੀ ਹੈ ਕਿ ਡੀਸੀ ਸਾਹਿਬ ਅਸੀਂ ਵੱਖ ਵੱਖ ਪਿੰਡਾਂ ਜਾ ਕੇ ਤੁਹਾਡਾ ਸਹਿਯੋਗ ਲੈ ਕੇ ਕੈਂਪ ਲਾਉਣਾ, ਸਾਰੇ ਅਫਸਰਾਂ ਨੂੰ ਬੁਲਾਉਣਾ, ਲੋਕਾਂ ਨੂੰ ਪੈਨਸ਼ਨਾਂ ਨਹੀਂ ਮਿਲਦੀਆਂ, ਕਿਸੇ ਦੀ ਆਟਾ ਦਾਲ ਸਕੀਮ ਕੱਟੀ ਹੁੰਦੀ ਹੈ, ਮੇਰੀ ਕਦੇ ਸੁਣਦੀ ਹੋਈ ਨਹੀਂ ਹੈਗੀ। ਉਲਟੇ ਕੰਨ ਰੋਡ ਕੇ ਪਾਸੇ ਚੱਲ ਜਾਂਦੀ, ਕਹਿੰਦੀ ਮੈਂ ਕੁਛ ਨਹੀਂ ਕਰ ਸਕਦੀ, ਤੁਸੀਂ ਆਪ ਕੈਂਪ ਲਾ ਲਓ। ਮੈਂ ਕਿਹਾ ਮੇਰੇ ਆਪਣੇ ਕੈਂਪ ਦਾ ਕਿਆ ਫਾਇਦਾ ਹੋਣਾ ਜਦ ਤੁਹਾਡਾ ਪ੍ਰਸ਼ਾਸਨ ਨਹੀਂ ਉੱਥੇ ਪੁੱਜਣਾ, ਉੱਥੇ ਤੁਹਾਡਾ ਪ੍ਰਸ਼ਾਸਨ ਬੈਠਾ ਹੋਵਾ, ਅਸੀਂ ਉਹਨਾਂ ਨੂੰ ਪੁੱਛੀਏ ਕਿ ਤੁਸੀਂ ਦੋਸ਼ੀਏ, ਆਹ ਲੋਕਾਂ ਨੂੰ ਕਿਉਂ ਨਹੀਂ ਤੁਸੀਂ ਸਮੱਸਿਆ ਹੱਲ ਕਰਦੇ। ਸੰਦੋਆ ਨੇ ਕਿਹਾ ਕਿ ਡੀਸੀ ਆਮ ਲੋਕਾਂ ਦੀਆਂ ਸਮੱਸਿਆਵਾਂ ਵੀ ਨਹੀਂ ਸੁਣਦੀ। ਉਹਨਾਂ ਕਿਹਾ ਕਿ ਡੀਸੀ ਕੋਈ ਕੰਮ ਨਹੀਂ ਕਰ ਰਹੀ ਅਤੇ ਨਾ ਹੀ ਉਹਨਾਂ ਦੀ ਗੱਲ ਸੁਣਦੀ ਹੈ। ਸੰਦੋਆ ਨੇ ਕਿਹਾ ਕਿ ਡੀਸੀ ਦੀ ਮਿਲੀ ਭੁਗਤ ਅੱਜ ਵੀ ਜ਼ਿਲ੍ਹੇ ਵਿੱਚ ਸ਼ਰੇਆਮ ਨਜਾਇਜ਼ ਮਾਈਨਿੰਗ ਚਲਾ ਰਹੀ ਹੈ, ਪਰੰਤੂ ਡੀਸੀ ਨੂੰ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਡੀਸੀ ਸਾਹਿਬ ਦਾ ਕੋਲ ਬੈਠ ਕੇ ਮੈਂ 2 ਵਾਰ ਆਰਡਰ ਕਰਾ ਲਏ, ਉਹਨੇ SSP ਸਾਹਿਬ ਨੂੰ ਕਿਹਾ ਕਿ ਤੁਸੀਂ ਹੁਣੇ ਪੁਲਿਸ ਭੇਜੋ, ਉੱਥੇ ਪੈਪ ਲਾਈਨ ਦਵਾਓ, ਲੋਕਾਂ ਦਾ ਪਾਣੀ ਜਿਹੜੇ 6 ਪਿੰਡਾਂ ਨੂੰ ਨਿਕਲਦੇ ਜਾਂਦੇ ਆ, ਲੋਕ ਉਹ ਪਰੇਸ਼ਾਨੀ ਆ ਰਹੀ ਹੈ ਲੋਕਾਂ ਨੂੰ। ਉਹਦਾ ਵੀ ਕੋਈ ਡੀਸੀ ਸਾਹਿਬ ਨੇ ਮੇਰੇ ਸਾਹਮਣੇ ਕਹਿ ਦੇਣਾ ਮੁੜ ਕੇ ਉਹ ਕੰਮ ਨਹੀਂ ਕਰਦਾ, ਕੋਈ ਵੀ ਕੰਮ ਨਹੀਂ ਕਰਦੀਆਂ ਮੈਂ। ਜੇ ਅਸੀਂ ਨਜਾਇਜ਼ ਮਾਈਨਿੰਗ ਦੇ ਪਿੱਛੇ ਪਏ ਆ, ਲੋਕ ਮੈਨੂੰ ਕਹਿੰਦੇ ਤੁਸੀਂ ਚੁੱਪ ਕਿਉਂ ਹੈ, ਜਦੋਂ ਕੋਈ ਸੁਣਾਈ ਨਹੀਂ ਕਰਦਾ ਮੈਂ ਕਿਆ ਕਰ ਸਕਦਾ। ਸੰਦੋਆ ਨੇ ਕਿਹਾ ਕਿ ਡੀਸੀ ਮੇਰੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਹੈ ਕਿ ਮੈਨੂੰ MLA ਸਮਝਦੀ ਹੀ ਨਹੀਂ। ਉਹਨਾਂ ਕਿਹਾ ਕਿ ਜਦੋਂ ਉਹ ਜਨਤਾ ਦੇ ਕੋਈ ਕੰਮ ਕਰਾਉਣ ਲਈ ਜਾਂਦੇ ਹਨ ਅਤੇ ਡੀਸੀ ਉਹਨਾਂ ਨੂੰ ਦੋਸ਼ੀ ਗਿਣਦੀ ਹੈ। ਮੈਂ ਇਸ ਤਰ੍ਹਾਂ ਵਿਹਾਰ ਕਰਦੀ ਹੈ ਕਿ ਸਾਨੂੰ MLA ਸਮਝਦੀ ਨਹੀਂ ਹੈਗੀ ਜਾਂ ਕੁਛ ਕਰਦੀ ਨਹੀਂ ਹੈਗੀ। ਮੈਂ ਆਪਣੇ ਕੋਈ ਨਿੱਜੀ ਕੰਮ ਵਾਸਤਾ ਨਹੀਂ, ਮੈਂ ਸਿੱਧੇ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਪਬਲਿਕ ਦੇ ਕੰਮ ਕਰੋ। ਜਦੋਂ ਮੈਂ ਪਬਲਿਕ ਦੇ ਕੰਮ ਕਹਿੰਦਾ ਹੈ ਤਾਂ ਉਹ ਮੈਨੂੰ ਦੋਸ਼ੀ ਗਿਣਦੀ ਹੈ ਕਿ ਮੈਨੂੰ ਕਿਉਂ ਬਣਾਉਂਦਾ ਹੈ ਕੰਮ। ਹਲਕਾ ਵਿਧਾਇਕ ਵੱਲੋਂ ਲਗਾਏ ਸੰਗੀਨ ਦੋਸ਼ਾਂ ਸੰਬੰਧੀ ਜਦੋਂ ਡੀਸੀ ਰੂਪਨਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ, ਪਰੰਤੂ ਅਖਬਾਰਾਂ ਨੂੰ ਫੋਨ ਤੇ ਦਿੱਤੇ ਆਪਣੇ ਪੱਖ 'ਚ ਡੀਸੀ ਰੂਪਨਗਰ ਨੇ ਕਿਹਾ ਕਿ ਉਹ ਸਰਕਾਰ ਤੇ ਜਨਤਾ ਨੂੰ ਜਵਾਬਦੇ ਹਨ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ।
ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।